ਦਿਨ ਦਿਹਾੜੇ ਤਿੰਨ ਲੁਟੇਰਿਆਂ ਦੇ ਵੱਲੋਂ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਬੈਂਕ ਦੇ ਵਿੱਚ ਲੰਚ ਬ੍ਰੇਕ ਚੱਲ ਰਹੀ ਸੀ ਤਾਂ ਨਕਾਬਪੋਸ਼ ਲੁਟੇਰੇ ਜੋ ਬਾਈਕ 'ਤੇ ਸਵਾਰ ਹੋ ਕੇ ਆਏ, ਪਿਸਤੌਲ ਉਹਨਾਂ ਦੇ ਕੋਲ ਸੀ, ਇੱਕਦਮ ਬੈਂਕ ਦੇ ਵਿੱਚ ਵੜੇ ਔਰ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ ਗਿਆ। ਲੁੱਟ ਮੌਕੇ ਗਨਮੈਨ ਦੇ ਨਾਲ ਹੱਥੋਂ ਪਾਈ ਹੋਈ ਔਰ ਉਸ ਤੋਂ ਬਾਅਦ ਸਿੱਧਾ ਕਾਊਂਟਰ 'ਤੇ ਜਾ ਕੇ ਇਹਨਾਂ ਨੇ 15 ਲੱਖ ਰੁਪਏ ਲਏ ਔਰ ਮੌਕੇ ਤੋਂ ਫਰਾਰ ਹੋ ਗਏ। ਔਰ ਹੱਥੋਂ ਪਾਈ ਮੌਕੇ ਇਹਨਾਂ ਨੇ ਗਨਮੈਨ ਦੀ ਬੰਦੂਕ ਵੀ ਖੋਹ ਲਈ ਔਰ ਜਾਂਦੇ ਜਾਂਦੇ ਉਸਨੂੰ ਸੁੱਟ ਵੀ ਗਏ। ਇਹਨਾਂ ਦੇ ਭੱਜਦਿਆਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਸੋ ਖੰਨਾ ਦੇ ਪਿੰਡ ਬਗਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸਿਖਰ ਦੁਪਹਿਰੇ 3 ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ। ਬੈਂਕ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈਕ 'ਤੇ ਆਏ ਸੀ, ਬੈਂਕ ਦੇ ਬਾਹਰ ਬਾਈਕ ਖੜਾ ਕੀਤਾ, ਅੰਦਰੋਂ 15 ਲੱਖ ਲੁੱਟ ਕੇ ਬਾਈਕ 'ਤੇ ਲਿਜਾਂਦੇ ਹੋਏ ਨਜ਼ਰ ਆ ਰਹੇ ਨੇ ਔਰ ਗਨਮੈਨ ਉਹਨਾਂ ਦੇ ਪਿੱਛੇ ਵੀ ਭੱਜ ਰਿਹਾ ਤਾਂ ਬੰਦੂਕ ਆ ਜਿਹੜੀ ਪਹਿਲਾਂ ਖੋਹ ਕੇ ਲੈ ਗਏ, ਫਿਰ ਰਸਤੇ ਦੇ ਵਿੱਚ ਬੰਦੂਕ ਨੂੰ ਸੁੱਟ ਦਿੱਤਾ ਔਰ ਗਨਮੈਨ ਚੱਕਦਾ ਹੋਇਆ ਨਜ਼ਰ ਆ ਰਿਹਾ। ਇਹਨੇ ਨੂੰ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ, ਇੱਕਦਮ ਉਹਨਾਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਸਿਖਰ ਦੁਪਹਿਰੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ, ਡਾਕਾ ਮਾਰਿਆ ਗਿਆ, 15 ਲੱਖ ਲੁੱਟੇ ਗਏ। ਗਨਮੈਨ ਦੇ ਨਾਲ ਹੱਥੋਂ ਪਾਈ ਕੀਤੀ ਗਈ, ਪਹਿਲਾਂ ਉਸਦੀ ਬੰਦੂਕ ਖੋਹ ਲਈ, ਇਸ ਮੌਕੇ ਫਾਇਰ ਵੀ ਕੀਤੇ ਜਿਸ ਤੋਂ ਬਾਅਦ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਜਦੋਂ ਤੱਕ ਉਹਨਾਂ ਨੂੰ ਫੜਦੇ ਉਦੋਂ ਤੱਕ ਇਹ ਲੁਟੇਰੇ ਫਰਾਰ ਹੋ ਚੁੱਕੇ ਸੀ। ਤਾਂ ਦੱਸਦੇ ਕਿ ਛੁੱਟੀ ਤੋਂ ਬਾਅਦ ਬੈਂਕ ਖੁੱਲ੍ਹੀ ਸੀ, ਪੈਸਾ ਵੀ ਇੱਥੇ ਕਾਫੀ ਸੀ, ਤਾਂ ਮੂੰਹ ਲਪੇਟ ਕੇ ਇਹ ਲੁਟੇਰੇ ਇੱਥੇ ਆਏ ਜਿਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ, ਉਸ ਤੋਂ ਬਾਅਦ ਗਨਮੈਨ ਦੇ ਨਾਲ ਹੱਥੋਂ ਪਾਈ ਕੀਤੀ। ਇਸ ਲੁੱਟ ਮੌਕੇ 15 ਲੱਖ ਰੁਪਇਆ ਲੈ ਕੇ ਫਰਾਰ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ ਤਾਂ ਜੋ ਇਹਨਾਂ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਤਾਂ ਖੰਨਾ ਦੇ ਪਿੰਡ ਬਗਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ। ਸਿਖਰ ਦੁਪਹਿਰੇ ਜਦੋਂ ਬੈਂਕ ਦੇ ਵਿੱਚ ਲੰਚ ਬ੍ਰੇਕ ਸੀ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ, 15 ਲੱਖ ਰੁਪਏ ਲੁੱਟ ਕੇ ਇੱਥੋਂ ਫਰਾਰ ਹੋਏ ਨੇ। ਦਿਨ ਦਿਹਾੜੇ 3 ਲੁਟੇਰਿਆਂ ਦੇ ਵੱਲੋਂ ਇੱਕ ਬੈਂਕ ਦੇ ਵਿੱਚ ਡਾਕਾ ਮਾਰਿਆ ਗਿਆ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਬੈਂਕ ਦੇ ਵਿੱਚ ਲੰਚ ਬ੍ਰੇਕ ਚੱਲ ਰਹੀ ਸੀ ਤਾਂ ਨਕਾਬਪੋਸ਼ ਲੁਟੇਰੇ ਜੋ ਬਾਈਕ 'ਤੇ ਸਵਾਰ ਹੋ ਕੇ ਆਏ, ਪਿਸਤੌਲ ਉਹਨਾਂ ਦੇ ਕੋਲ ਸੀ, ਇੱਕਦਮ ਬੈਂਕ ਦੇ ਵਿੱਚ ਵੜੇ ਔਰ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ ਗਿਆ। ਲੁੱਟ ਮੌਕੇ ਗਨਮੈਨ ਦੇ ਨਾਲ ਹੱਥੋਂ ਪਾਈ ਹੋਈ ਔਰ ਉਸ ਤੋਂ ਬਾਅਦ ਸਿੱਧਾ ਕਾਊਂਟਰ 'ਤੇ ਜਾ ਕੇ ਇਹਨਾਂ ਨੇ 15 ਲੱਖ ਰੁਪਏ ਲਏ ਔਰ ਮੌਕੇ ਤੋਂ ਫਰਾਰ ਹੋ ਗਏ। ਔਰ ਹੱਥੋਂ ਪਾਈ ਮੌਕੇ ਇਹਨਾਂ ਨੇ ਗਨਮੈਨ ਦੀ ਬੰਦੂਕ ਵੀ ਖੋਹ ਲਈ ਔਰ ਜਾਂਦੇ ਜਾਂਦੇ ਉਸਨੂੰ ਸੁੱਟ ਵੀ ਗਏ। ਇਹਨਾਂ ਦੇ ਭੱਜਦਿਆਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਸੋ ਖੰਨਾ ਦੇ ਪਿੰਡ ਬਗਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸਿਖਰ ਦੁਪਹਿਰੇ 3 ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ। ਬੈਂਕ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈਕ 'ਤੇ ਆਏ ਸੀ, ਬੈਂਕ ਦੇ ਬਾਹਰ ਬਾਈਕ ਖੜਾ ਕੀਤਾ, ਅੰਦਰੋਂ 15 ਲੱਖ ਲੁੱਟ ਕੇ ਬਾਈਕ 'ਤੇ ਲਿਜਾਂਦੇ ਹੋਏ ਨਜ਼ਰ ਆ ਰਹੇ ਨੇ ਔਰ ਗਨਮੈਨ ਉਹਨਾਂ ਦੇ ਪਿੱਛੇ ਵੀ ਭੱਜ ਰਿਹਾ ਤਾਂ ਬੰਦੂਕ ਆ ਜਿਹੜੀ ਪਹਿਲਾਂ ਖੋਹ ਕੇ ਲੈ ਗਏ, ਫਿਰ ਰਸਤੇ ਦੇ ਵਿੱਚ ਬੰਦੂਕ ਨੂੰ ਸੁੱਟ ਦਿੱਤਾ ਔਰ ਗਨਮੈਨ ਚੱਕਦਾ ਹੋਇਆ ਨਜ਼ਰ ਆ ਰਿਹਾ। ਇਹਨੇ ਨੂੰ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ, ਇੱਕਦਮ ਉਹਨਾਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਸਿਖਰ ਦੁਪਹਿਰੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ, ਡਾਕਾ ਮਾਰਿਆ ਗਿਆ, 15 ਲੱਖ ਲੁੱਟੇ ਗਏ।
ਗਨਮੈਨ ਦੇ ਨਾਲ ਹੱਥੋਪਾਈ ਕੀਤੀ ਗਈ। ਪਹਿਲਾਂ ਉਸ ਦੀ ਬੰਦੂਕ ਖੋਹ ਲਈ, ਇਸ ਮੌਕੇ ਫਾਇਰ ਵੀ ਕੀਤੇ, ਜਿਸ ਤੋਂ ਬਾਅਦ ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਜਦੋਂ ਤੱਕ ਉਹਨਾਂ ਨੂੰ ਫੜਦੇ ਉਦੋਂ ਤੱਕ ਇਹ ਲੁਟੇਰੇ ਫਰਾਰ ਹੋ ਚੁੱਕੇ ਸੀ। ਤਾਂ ਦੱਸਦੇ ਕਿ ਛੁੱਟੀ ਤੋਂ ਬਾਅਦ ਬੈਂਕ ਖੁੱਲ੍ਹੀ ਸੀ, ਪੈਸਾ ਵੀ ਇੱਥੇ ਕਾਫੀ ਸੀ, ਤਾਂ ਮੂੰਹ ਲਪੇਟ ਕੇ ਇਹ ਲੁਟੇਰੇ ਇੱਥੇ ਆਏ, ਜਿਨ੍ਹਾਂ ਨੇ ਪਿਸਤੌਲ ਦੀ ਲੋਕ 'ਤੇ ਸਾਰੇ ਮੁਲਾਜ਼ਮਾਂ ਨੂੰ ਬੰਧਕ ਬਣਾਇਆ। ਉਸ ਤੋਂ ਬਾਅਦ ਗਨਮੈਨ ਦੇ ਨਾਲ ਹੱਥੋਪਾਈ ਕੀਤੀ। ਇਸ ਲੁੱਟ ਮੌਕੇ 15 ਲੱਖ ਰੁਪਇਆ ਲੈ ਕੇ ਫਰਾਰ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ CCTV ਕੈਮਰੇ ਖੁੰਘਾਲੇ ਜਾ ਰਹੇ ਨੇ, ਤਾਂ ਜੋ ਇਹਨਾਂ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ। ਤਾਂ ਖੰਨਾ ਦੇ ਪਿੰਡ ਬਗਲੀ ਕਲਾਂ ਦਾ ਇਹ ਪੂਰਾ ਮਾਮਲਾ ਹੈ। ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਸਿਖਰ ਦੁਪਹਿਰੇ ਜਦੋਂ ਬੈਂਕ ਦੇ ਵਿੱਚ ਲੰਚ ਬ੍ਰੇਕ ਸੀ, ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਿਆ ਗਿਆ। 15 ਲੱਖ ਰੁਪਏ ਲੁੱਟ ਕੇ ਇੱਥੋਂ ਫਰਾਰ ਹੋਏ ਨੇ।